ਸੰਗਤ ਜੀ, ਇਹ ਨੇ ਜਸਪ੍ਰੀਤ ਸਿੰਘ ਜੋ ਕਾਕਾ, ਦਸ ਸਾਲ ਦਾ ਬੱਚਾ ਜਿਹੜਾ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਐਕਟਿਵ ਹੈ, ਉਹਦੇ ਨਾਨੀ ਜੀ, ਇਹ ਨਾਨਾ ਜੀ, ਨਾਨੀ ਬਲਬੀਰ ਕੌਰ ਜੀ, ਜੋ ਆਪਣੇ ਹੰਝੂ ਨਹੀਂ ਰੋਕ ਪਾ ਰਹੇ ਸਿਰਫ ਇਸੇ ਕਰਕੇ ਕਿ ਇੱਕ ਉਹ ਮਾਂ ਬਾਪ ਹੀ ਦਰਦ ਸਮਝਦਾ ਜਿਨ੍ਹਾਂ ਦੀ ਬੱਚੀ ਵਿਆਹੀ ਹੋਵੇ ਅਤੇ ਨਾਤੀ ਨਾਤਾ ਅਲੱਗ ਰਹਿ ਰਹੇ ਹੋਣ ਅਤੇ ਬੱਚੀ ਉਹਨਾਂ ਦੇ ਘਰ ਆ ਕੇ ਬੈਠੀ ਹੋਵੇ। ਸਭ ਤੋਂ ਵੱਡੀ ਗੱਲ ਕਿ ਉਸ ਬੱਚੀ ਦਾ ਘਰ ਵਾਲਾ ਵੀ ਅਕਾਲ ਚਲਾਣਾ ਕਰ ਗਿਆ ਹੈ, ਉਸ ਮਾਂ ਬਾਪ ਦੇ ਦਿਲ 'ਤੇ ਕੀ ਬੀਤਦੀ ਹੈ ਉਹ ਤੁਸੀਂ ਆਪ ਦੇਖ ਸਕਦੇ ਹੋ। ਸਾਡੇ ਨਾਲ ਗੱਲ ਕਰਦੇ ਹੋਏ ਵੀ ਉਹਨਾਂ ਦੇ ਹੰਝੂ ਨਹੀਂ ਰੁਕਦੇ ਪਏ, ਉਹ ਆਪਣਾ ਦਿਲ ਦਾ ਦਰਦ ਸੰਗਤ ਨਾਲ ਬਿਆਨ ਕਰਨਾ ਚਾਹੁੰਦੇ ਨੇ। ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਦੱਸੋ। ਬੱਚੇ ਵੀ ਦੇਖੋ ਜਿਹੜੀ ਦਿੱਲੀ ਆ ਜਾਵੇ, ਬੱਚੇ ਨਾਲੇ ਦੇ ਆ ਜਾਣ ਵਿਚਾਰੀ ਦੇ, ਦੇਖੋ ਜੀ ਇੰਨੇ ਦੁੱਖ ਦਿੱਤਾ ਨਹੀਂ, ਵਿਆਹੀ ਦੁਖੀ ਰਹੇ ਸਾਰੇ, ਹੁਣ ਇਹ ਸੁੱਖ ਨਹੀਂ ਵਿਚਾਰੀ ਨੇ ਪਾਇਆ। ਪਹਿਲਾਂ ਠੀਕ ਹੈ, ਚੰਗਾ ਠੀਕ ਰਿਹਾ, ਫਿਰ ਪਤਾ ਨਹੀਂ ਲੱਗਾ ਵੀ ਕੀ ਬਣਿਆ ਕੀ ਬਣਿਆ, ਜੋ ਨਾਨਾ ਜੋ ਦੇ ਜੇਠ ਬੁਰਾ ਹਾਲ ਕੀਤਾ ਵਿਚਾਰੀ ਨੇ। ਅਸੀਂ ਦੇਖੋ ਫਿਰ ਕੱਟ ਜਾਂਦੇ ਰਹੇ ਆਉਂਦੇ ਰਹੇ, ਸਾਡੀ ਕਿਸੇ ਨੇ ਸੁਣੀ ਨਹੀਂ ਹੈਗੀ, ਜਿੱਥੇ ਜਾ ਕੇ ਮਾਇਆ ਕੰਮ ਹੋ ਗਿਆ, ਮਾਇਕ ਹੋ ਗਿਆ, ਅਤੇ ਸਾਡੇ ਨਾਨਾ ਨੇ ਸਾਰਿਆਂ ਨੇ ਬੁਰਾ ਹਾਲ ਕੀਤਾ ਇਹਦਾ, ਅਤੇ ਉਹ ਅੱਖਾਂ ਬਣਾ ਕੇ ਮੈਂ ਜਵਾਨ ਨਹੀਂ ਪਾਈ ਹੈਗੀ, ਜਦੋਂ ਤੁਹਾਡੀ ਬੱਚੀ ਨੂੰ ਇੱਥੇ ਪੇਕੇ ਭੇਜਿਆ ਉਸ ਤੋਂ ਬਾਅਦ ਤੁਸੀਂ ਕੋਸ਼ਿਸ਼ ਕੀਤੀ ਸੰਪਰਕ ਕਰਨ ਦੀ, ਤੁਸੀਂ ਆਪ ਬੱਚੀ ਨੇ ਤੁਸੀਂ ਸੰਪਰਕ ਕੀਤਾ? ਹਾਂਜੀ ਕੀਤਾ, ਅਸੀਂ ਮੈਨੂੰ ਕਿਹਾ ਤੁਸੀਂ ਇੱਕ ਜਾਇਆ ਤਾਂ ਬੇੜਾ ਕੱਢਿਆ, ਬੱਚੇ ਲੈ ਲਿਆ ਆਪਾਂ ਚਲੋ, ਮੈਨੂੰ ਮੰਮਾ ਮੈਂ ਨਹੀਂ ਜਾਣਾ, ਮੇਰਾ ਹਾਲ ਬੁਰਾ ਹੋਇਆ ਗੁਰਦੁਆਰੇ ਦਾ ਮਕਾਨ 'ਚ ਵੀ ਕਵਾਂ ਕੱਢਿਆ, ਮੈਨੂੰ ਪੌੜੀਆਂ 'ਚ ਰੇੜਦੀ ਥੱਲੇ ਆਈ ਹੈ, ਅਤੇ ਰਾਤ ਵੀ ਇਕੱਲੀ ਆਈ 3 ਵਜੇ ਦਿਹਾੜੀਆਂ ਕਰਦਾ ਵਾ, ਡੈਡੀ ਉਹ ਚਾਰਾ ਬਿਮਾਰ ਰਹਿੰਦਾ ਵਾ, ਮੈਂ ਤਾਂ ਪਿੱਛੇ ਅੱਖਾਂ ਬਣਾਈ ਆਪ ਠੀਕ ਹੀ ਰਹਿੰਦੀ, ਸੁੱਖ ਨਹੀਂ ਵਿਆਹ ਜਿੱਦਾਂ ਦੇ ਦੁਖੀ ਉਹ ਸੁੱਖ ਨਹੀਂ ਵੀ ਜਿਹਨਾਂ ਦੇਖਿਆ। ਕੀ ਅਪੀਲ ਕਰਨਾ ਚਾਹੁੰਦੇ ਹੋ ਸੰਗਤ, ਤੁਹਾਨੂੰ ਸਾਰੀ ਵੇਖ ਰਹੀ, ਕੀ ਅਪੀਲ ਕਰਨਾ ਚਾਹੁੰਦੇ ਹੋ ਸੰਗਤ ਨੂੰ? ਅੱਜ ਬਸ ਇਹ ਕਹਿੰਦੇ ਵੀ ਲੜਕੀ ਸਾਡੇ ਕੋਲ ਆ ਜਾਵੇ, ਬੱਚੇ ਦੇ ਦਿਓ ਬਸ ਇਹਨੂੰ, ਬੱਚੇ ਤੁਹਾਡੇ ਕੋਲ ਆ ਜਾਣ, ਬਸ ਸਾਡੇ ਕੋਲ ਆ ਜਾਣ, ਦੇਖੋ ਜੀ ਇੱਥੇ ਸਾਡੇ ਬੱਚੇ ਪੜ੍ਹ ਰਹੇ ਆ, ਉਹਦੇ ਬੱਚੇ ਵੀ ਪੜ੍ਹਾ ਲਓਗੇ ਸਾਰੇ। ਨਹੀਂ ਮਾਤਾ ਜੀ, ਮੈਂ ਤੁਹਾਡੇ ਘਰ ਦੇ ਹਾਲਾਤ ਵੇਖ ਰਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਬੱਚੇ ਇੱਥੇ ਆਉਣਗੇ ਅਤੇ ਉਹਨਾਂ ਦਾ ਫਿਊਚਰ ਬਣ ਸਕੇ, ਭਵਿੱਖ ਬਣ ਸਕੇ। ਕੋਈ ਗੱਲ ਨਹੀਂ, ਸਭ ਠੀਕ, ਮਹਾਰਾ ਅੱਗੇ ਹੋ ਗਿਆ, ਕਰ ਦੇਗਾ, ਅੱਗੇ ਸਾਡੇ ਬੱਚੇ ਪੜ੍ਹ ਰਹੇ ਆ, ਸਾਡੇ ਬੱਚੇ ਅੱਗੇ ਪੜ੍ਹ ਰਹੇ, ਕੁੜੀ ਮੁੰਡਾ ਸਾਡੇ ਕੋਲ ਪੜ੍ਹਦੇ ਆ, ਨਹੀਂ ਤਾਂ ਇਹਨਾਂ ਨੂੰ ਕੋਹ ਦਿੱਲੀ 'ਚ ਰਹਿ ਕੇ ਬੱਚਿਆਂ ਨੂੰ ਪੜ੍ਹਾ ਲਓ, ਕੀ ਦਿੱਕਤ? ਗੁਜ਼ਾਰਾ ਨਹੀਂ ਹੈਗਾ, ਦੇਖ ਲੈਣਾ ਇਹਨਾਂ ਨੇ ਹਾਲ ਦੇਖੇ ਹੀ ਸਾਰੇ ਦਿੱਲੀ ਜਾ ਕੇ, ਸਭ ਦੇਖਿਆ ਇਹ ਹਾਲ ਚਾਲ, ਹੁਣ ਹੀ ਇੱਦਾਂ ਕਰਦੇ ਆ ਅਤੇ ਕੱਲ੍ਹ ਨੂੰ ਕੀ ਕਰਨਗੇ, ਕੱਲ੍ਹ ਤਾਂ ਮਾਰ ਖਾ ਕੇ ਸੁੱਟ ਦੇਣਗੇ, ਹੁਣ ਸਾਡੇ ਕੋਲ ਆਉਣਾ, ਚੋਲ ਭੈਣਾਂ ਵੀ ਆ, ਭਰਾ ਵੀ ਤੁਹਾਨੂੰ ਅੱਜ ਕਰ ਰਹੇ ਆ, ਜੇ ਕੋਈ ਨਹੀਂ ਉੱਥੇ ਸੇਵ ਕਰਦੀ ਜਾਏਗੀ, ਇੱਥੇ ਵਿਚਾਰੀ ਕਰਕੇ ਖਿਲਾ ਦੇਗੀ, ਅਸੀਂ ਸਾਥ ਲਾ ਲਵਾਂਗੇ, ਐਸੀ ਗੱਲ ਨਹੀਂ ਹੈਗੀ, ਬੱਚੇ ਬਥੇਰੇ ਸਿਆਣੇ ਪੜ੍ਹ ਜਾਣਗੇ, ਉੱਥੇ ਅਸੀਂ ਭੇਜਣਾ ਚਾਹੁੰਦੇ ਹਾਂ। ਵੀਰ ਸਿੰਘ ਜੀ, ਤੁਸੀਂ ਜਸਪ੍ਰੀਤ ਸਿੰਘ ਜੀ ਦੇ ਨਾਨਾ ਜੀ ਹੋ, ਸੰਗਤ ਜੀ ਇਹ ਨਾਨਾ ਜੀ ਨੇ ਜਸਪ੍ਰੀਤ ਸਿੰਘ ਅਤੇ ਨਾਨੀ ਜੀ, ਬਜ਼ੁਰਗੋ ਕੀ ਕਹਿਣਾ ਚਾਹੋਗੇ, ਤੁਹਾਡੀ ਬਿਟੀਆ ਪਿਛਲੇ 15 ਦਿਨ ਤੋਂ ਆ ਕੇ ਬੈਠੀ ਹੈ, ਕੀ ਕਹਿਣਾ ਚਾਹੋਗੇ ਤੁਸੀਂ ਸੰਗਤ? ਮੈਂ ਇਹੀ ਕਹਿਣਾ, ਮੇਰੇ ਬੱਚੇ ਮਿਲ ਜਾਣ, ਮੇਰੇ ਦੋਤੇ ਮਿਲ ਜਾਣ, ਬਸ ਦੋਤੇ ਆ ਜਾਣ, ਮੰਗੇ ਧੀ ਸੁਖੀ ਰਹੇ, ਬਸ ਇਹੀ ਹੈ ਬਸ ਮੇਰੇ।
ਧੀ ਸੁਖੀ ਰਵੇ, ਮੇਰੇ ਦੋਹਤੇ ਸੋਤੇ ਉਰੇ ਆ ਜਾਣ, ਇੱਥੇ ਸਭ ਕੁਛ ਹੋ ਜਾਏ, ਸਭ ਕਰਾ ਦੇਣਾ, ਸਭ ਕੁਛ ਸਭ ਪਰਮਾਤਮਾ ਕਰਦੇ, ਆਪੇ ਕਰਦੇ ਆ ਪਰਮਾਤਮਾ। ਅਤੇ ਤੁਸੀਂ ਕੋਸ਼ਿਸ਼ ਕਿਉਂ ਨਹੀਂ ਕੀਤੀ ਆਪ ਸਾਡੇ ਆਉਣ ਤੋਂ ਪਹਿਲਾਂ ਕਿਉਂ ਨਹੀਂ ਕੋਸ਼ਿਸ਼ ਕੀਤੀ? ਮੇਰਾ ਸਰੀਰ ਨਹੀਂ ਚੱਲਦਾ, ਮੈਂ ਰਿਸ਼ਤੇ ਚੱਲਿਆ ਨਹੀਂ ਜਾਂਦਾ, ਮੇਰੇ ਘਰ 'ਚ ਕਮਾਉਣ ਵਾਲੇ ਇਕੱਲੇ ਤੁਸੀਂ ਹੋ? ਇਕੱਲੇ ਜਾਂ ਮੇਰਾ ਮੁੰਡਾ ਛੋਟਾ ਇੱਕ ਬਸ। ਅੱਛਾ, ਘਰ ਦਾ ਖਰਚਾ ਕਿਸ ਤਰ੍ਹਾਂ ਚੱਲਦਾ ਤੁਹਾਡਾ? ਖਰਚਾ ਵਾ ਪੈਸੇ ਦੇ ਸਹਾਰੇ ਚੱਲ ਰਿਹਾ, ਪੈਸੇ ਮਾਰੀ ਮੇਰੀ ਪੈਨਸ਼ਨ ਦੇ ਸਹਾਰੇ। ਹਾਂ, ਕੋਈ ਮੁੰਡਾ ਦੇ ਰਿਹਾ, ਮੁੰਡਾ ਦੇ ਰਿਹਾ, ਮੁੰਡਾ ਕਰ ਰਿਹਾ ਸੀ। ਸੋ ਸੰਗਤ ਜੀ, ਇਹ ਹਾਲਾਤ ਨੇ ਉਸ ਪਰਿਵਾਰ ਦੇ, ਜਿਸ ਪਰਿਵਾਰ ਦੇ ਦੋਹਤੇ ਦੀ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਫੈਲੀ ਹੋਈ ਹੈ। ਜੋ ਅਸਲੀਅਤ ਸੀ ਸੰਗਤ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਹਾਲੇ ਤੱਕ ਬੱਚਿਆਂ ਦੀ ਮਾਂ ਕੈਮਰੇ ਅੱਗੇ ਨਹੀਂ ਆਈ ਸੀ। ਸੰਗਤ ਨੂੰ ਅਪੀਲ, ਜਿਸ ਤਰ੍ਹਾਂ ਉਹ ਵੀਡੀਓ ਵਾਇਰਲ ਕੀਤੀਆਂ ਜਿੱਥੇ ਮਾਂ ਦੀ ਇੱਕ ਬੈਡ ਕਰੈਕਟਰ ਦਿਖਾਇਆ ਗਿਆ, ਮਾਂ ਦਾ ਰੂਪ ਉਹ ਦਿਖਾਇਆ ਗਿਆ ਕਿ ਵੀ ਮਾਂ ਬੱਚਿਆਂ ਨੂੰ ਛੱਡ ਕੇ ਚਲੀ ਗਈ। ਹੁਣ ਜ਼ਰੂਰਤ ਹੈ ਕਿ ਮਾਂ ਦੀ ਅਸਲੀਅਤ ਸਾਰਿਆਂ ਤੱਕ ਪਹੁੰਚਾਉਣ ਦੀ, ਕਿ ਅਸਲੀਅਤ ਕੀ ਸੀ, ਕਿਸ ਵਜ੍ਹਾ ਕਰਕੇ ਮਾਂ ਇੱਥੇ ਪਹੁੰਚੀ, ਅਤੇ ਮਾਂ ਕਿਉਂ ਨਹੀਂ ਬੱਚਿਆਂ ਨਾਲ ਸੰਪਰਕ ਕਰ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।